ਮੋਰ ਆਰਟੀ ਯਾਰ ਮੈਂ ਨਹੀਂ ਜਾਣਦਾ ਇਸ ਚੀਜ਼ ਨੂੰ ਕੀ ਤੁਸੀਂ ਕਰ ਸਕਦੇ ਹੋ, ਮਤਲਬ ਕੀ ਕਰਨਾ ਇਹਨਾਂ, ਨਵਾਂ ਬੰਦਾ ਵਾਂ ਮੈਂ। ਅਤੇ ਜਿਸ ਦਿਨ ਮੈਂ ਰਹੀਮ ਸ਼ਾਹ ਨਾਲ ਬਹਿ ਗਿਆ ਮੈਂ ਧੱਲਾ ਪਾਉਣਾ ਭਾਵੇਂ ਪੈਰੀ ਘਿਉਣਾ ਪਾਈਆਂ ਉਹਦੇ, ਮੈਂ ਕਹਿਣਾ ਮੈਨੂੰ ਇੱਕ ਅੱਧੀ ਵੀਡੀਓ ਦੇ ਜੇ, ਉਹ ਵੀਡੀਓ ਇੱਕ ਅੱਧੀ ਆਈ ਹੈ ਨਾ ਆਪਾਂ ਅਮੀਰ ਹੋ ਜਾਣਾ ਉਂਝ ਜੀ, ਜਿੰਨੀਆਂ ਕੁਝ ਕੋਈ ਵੀਡੀਓ ਹੋਣਾ ਮੈਂ ਕਹਿੰਦਾ ਉਂਝ ਬਲੈਕਮੇਲ ਕਰਕੇ ਕਰੋੜਾਂ ਰੁਪਇਆ ਕਮਾ ਲੈਂਦੀ, ਉਹਨੂੰ ਕਰੋੜਾਂ ਦੀ ਕੀ ਜ਼ਰੂਰਤ ਹੈ, ਸਾਰਾ ਕੁਝ ਉਹਦੇ ਕੋਲ ਹੈ। ਆਹ ਕਿਉਂ ਬਾਬਾ ਸਭ ਨਾਲ ਵੱਡੀ ਚੀਜ਼ ਉਹਦੇ ਕੋਲ ਹੁਸੈਨ, ਸਭ ਨਾਲ ਵੱਡੀ ਚੀਜ਼ ਹਰੀਮ ਸ਼ਾਹ ਦੇ ਕੋਲ ਹੁਸਨ ਹੁਸਨ। ਅਤੇ ਬਾਕੀ ਮੈਂ ਕਹਿੰਦਾ ਕਮੈਂਟ ਛੱਡੋ ਹਾਂ ਇਮਰਾਨ ਖਾਨ ਦੇ ਸਪੋਰਟਰ ਕਿੰਨੇ ਨੇ, ਅਤੇ ਇਹਦੇ ਵਿੱਚ ਨੂਨ ਲੀਗ ਦੇ ਕਿੰਨੇ ਨੇ, ਤਰੀਕੇ ਲੱਭੇ ਦੇ ਕਿੰਨੇ ਨੇ, ਪੀਪਲ ਪਾਰਟੀ ਦੇ ਕਿੰਨੇ ਨੇ, ਸਾਰੇ ਕਮੈਂਟ ਛੱਡੋ ਹਾਂ ਆਪਣੇ ਆਪਣੇ ਆਪਣੀ ਰਾਏ ਪੇਸ਼ ਕਰੋ ਹਾਂ ਇੱਥੇ, ਅਤੇ ਵੇਖਦੇ ਹਾਂ ਕਿਹੜਾ ਵੋਟਿੰਗ ਕਰਦੇ ਹਾਂ ਕਿਹੜਾ ਜਿੱਤਦਾ। ਆਈ ਯੂ ਹਾਂ ਲਵ ਯੂ।